ਰਾਹੁਲ ਗਾਂਧੀ ਵੱਲੋਂ ਦੇਸ਼ ਭਰ ਵਿੱਚ ਕੱਢੀ ਜਾ ਰਹੀ ਨਿਆ ਯਾਤਰਾ ਦਰਮਿਆਨ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਤੇ ਵੱਡੇ ਲੀਡਰ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ 58 ਸਾਲ ਤੋਂ ਇਹ ਲੀਡਰ ਦਾ ਪਰਿਵਾਰ ਹੈ ਜਿਹੜਾ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀ ਤਾਂ ਉਹਨਾਂ ਵੱਲੋਂ ਹੁਣ ਕਾਂਗਰਸ ਪਾਰਟੀ ਤੋਂ ਨਾਤਾ ਤੋੜ ਲਿਆ ਗਿਆ ਤੇ ਅਹਿਮ ਜ਼ਿੰਮੇਵਾਰੀਆਂ ਉਸ ਲੀਡਰ ਵੱਲੋਂ ਕਾਂਗਰਸ ਦੇ ਲਈ ਨਿਭਾਈਆਂ ਗਈਆਂ ਨੇ ਤਾਂ ਦੱਸ ਦਈਏ ਕਿ ਮੁੰਬਈ ਤੋਂ ਦੋ ਬਾਰ ਸੰਸਦ ਚੁਣੇ ਹੋਏ ਮਿਲਿੰਦ ਦਿਓੜਾ ਵੱਲੋਂ ਕਾਂਗਰਸ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਅਤੇ ਉਹ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਮੰਤਰੀ ਵੀ ਰਹੇ ਨੇ ਤਾਂ ਅਹਿਮ ਜ਼ਿੰਮੇਵਾਰੀਆਂ ਮਿਲਿੰਦ ਦਿਓੜਾ ਦੇ ਕੰਡਿਆਂ ਤੇ ਰਹੀਆਂ ਨੇ ਤੇ ਉਹਨਾਂ ਵੱਲੋਂ ਹੁਣ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਗਿਆ ਤੇ ਕਾਂਗਰਸ ਪਾਰਟੀ ਤੋਂ ਕਿਨਾਰਾ ਕਰ ਲਿਆ ਗਿਆ ਅਤੇ ਉਹ ਮबई ਤੋਂ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਜਿਹੜੇ ਆ ਨਿਵਾ ਚੁੱਕੇ ਆ ਤਾਂ ਉਹਨਾਂ ਨੇ ਕਈ ਜਿਹੜੇ ਕਾਰਨ ਮੁੱਖ ਰੱਖਦੇ ਹੋਇਆ ਅਸਤੀਫਾ ਦਿੱਤਾ ਹੈ ਹਾਲਾਂਕਿ ਕਿਹੜੀ ਪਾਰਟੀ 'ਚ ਜਾਣਗੇ ਇਸ ਬਾਰੇ ਕੁਝ ਇਨਸਾਫ ਕੁਝ ਸਾਫ ਨਹੀਂ ਹੋ ਸਕਿਆ ਪਰ ਵੱਡੀਆਂ ਚਰਚਾਵਾਂ ਇਹ ਨੇ ਕਿ ਜਲਦ ਹੀ ਉਹ Shiv Sena ਵਿੱਚ ਜਾ ਸਕਦੇ ਨੇ ਅਤੇ ਸਭ ਤੋਂ ਵੱਡਾ ਕਾਰਨ ਇਸ ਦਾ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ ਕਿ ਇੱਕ ਪਾਸੇ ਤਾਂ ਉਹਨਾਂ ਵੱਲੋਂ ਉਹਦੇ ਵਿੱਚ ਠਾਕਰ ਨਾਲ ਸਮਝੋ ਤਾਂ ਕੀਤਾ ਗਿਆ ਹੈ ਤੇ ਉਧਰ ਹੀ ਉਸੇ ਸੀਟ ਤੋਂ ਜਿਸ ਸੀਟ ਤੋਂ ਮਿਲਿੰਦ ਦਿਓੜਾ ਜਿਹੜੇ ਆ ਚੋਣ ਲੜਦੇ ਨੇ ਉਸੇ ਸੀਟ ਤੋਂ ਜਿਹੜੇ ਆ ਉਹਨਾਂ ਨੂੰ ਹਟਾਇਆ ਜਾ ਰਿਹਾ ਸੀਟ ਸ਼ੇਅਰਿੰਗ ਦੇ ਚੱਲਦੇ ਆ ਅਤੇ ਉਸ ਦੀ ਥਾਂ ਹੋਰ ਨੂੰ ਦਿੱਤੀ ਜਾ ਰਹੀ ਹੈ ਜਿੱਦੇ ਚੱਲਦੇ ਆ ਇਸ ਸੀਟ ਤੋਂ ਦਿਓੜਾ ਪਰਿਵਾਰ ਹੈ ਜਿਹੜਾ ਲੰਬੇ ਅਰਸੇ ਤੋਂ ਚੋਣ ਲੜਦਾ ਹੈ ਤੇ ਕਈ ਵਾਰ ਉਹਨਾਂ ਨੇ ਇੱਥੋਂ ਚੋਣ ਜਿੱਤੀ ਵੀ ਹੈ ਜਿੱਦੇ ਚੱਲਦੇ ਆ ਦਿਓੜਾ ਦੇ ਵੱਲੋਂ ਇਹ ਅਸਤੀਫਾ ਦੇਣ ਦੇ ਕਈ ਅਹਿਮ ਕਾਰਨ ਮੰਨੇ ਜਾ ਰਹੇ ਨੇ ਤਾਂ ਉੱਥੇ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਮਿਲਿੰਦ ਦਿਓੜਾ ਦਾ ਸ਼ਿਵ ਸੈਨਾ ਵਿੱਚ ਸ਼ਾਮਲ ਹੋਣ ਬਾਰੇ ਹਾਲੇ ਕੋਈ ਜਾਣਕਾਰੀ ਉਹਨਾਂ ਨੂੰ ਨਹੀਂ ਹੈ ਪਰ ਉਹ ਕਿਸੇ ਸਮੇਂ ਵੀ ਕੋਈ ਵੀ ਵੱਡੀ ਜਿਹੜੀ ਆ ਸਿਆਸੀ ਤਮਾਕਾ ਕਰ ਸਕਦੇ ਆ ਦਿਓੜਾ ਤਾਂ ਅਜੇ ਇਹ ਵਿੱਚ ਕਾਂਗਰਸ ਪਾਰਟੀ ਵੱਲੋਂ ਜਿੱਥੇ ਮਨੀਪੁਰ ਤੋਂ ਅੱਜ ਅਹਿਮ ਯਾਤਰਾ ਜਿਹੜੀ ਆ ਨਿਆ ਯਾਤਰਾ ਦੇ ਨਾਂ ਤੇ ਸ਼ੁਰੂ ਕੀਤੀ ਗਈ ਆ ਤਾਂ ਉੱਥੇ ਹੀ ਕਾਂਗਰਸ ਪਾਰਟੀ ਨੂੰ ਸ਼ੁਰੂ ਦੇ ਵਿੱਚ ਹੀ ਵੱਡਾ ਝਟਕਾ ਲੱਗ ਗਿਆ ਤੇ ਵੱਡੇ ਲੀਡਰ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਤਾਂ ਮਜੂਦਾ ਸਮੇਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੇ ਆਲ ਇੰਡੀਆ ਜੁਆਇੰਟ ਦੇ ਖਜਾਨਚੀ ਸਨ ਮਿਲਿੰਦ ਦਿਓੜਾ ਤਾਂ ਐਡੀ ਵੱਡੀ ਜ਼ਿੰਮੇਵਾਰੀ ਵੀ ਉਹਨਾਂ ਨੇ ਸੰਭੀ ਹੈ ਤੇ ਅਹਿਮ ਜਿਹੜਾ ਰੋਲ ਉਹ ਅਕਸਰ ਕਾਂਗਰਸ ਪਾਰਟੀ 'ਚ ਰੋਲ ਅਦਾ ਕਰਦੇ ਰਹੇ ਨੇ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਘਾਟਾ ਜਿਹੜਾ ਕਾਂਗਰਸ ਪਾਰਟੀ ਨੂੰ ਹੁਣ ਸੈਣਾ ਪਹਿਰਿਆ ਤਾਦਾਦੀ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਵੱਲੋਂ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਮਹਾਰਾਸ਼ਟਰ ਤੋਂ ਮਿਲਿੰਦ ਦਿਉੜਾ ਵੱਲੋਂ ਕਾਂਗਰਸ ਪਾਰਟੀ ਨੂੰ ਵੱਡਾ ਝੜਕਾ ਦਿੱਤਾ ਗਿਆ ਤੇ ਕਾਂਗਰਸ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਗਿਆ ਤਾਂ ਜਿੱਥੇ ਇੱਕ ਪਾਸੇ ਨਯਾ ਯਾਤਰਾ ਦੀ ਸ਼ੁਰੂਆਤ ਹੈ ਰਾਹੁਲ ਗਾਂਧੀ ਵੱਲੋਂ ਅੱਜ ਮਨੀਪੋਰ ਚੋ ਕਿਤੀ ਗਈ ਹੈ ਜਿਸ ਨੂੰ ਕੇ ਕਾਂਗਰਸ ਪ੍ਰਧਾਨ ਦੇ ਕਾਂਗਰਸ ਪ੍ਰਧਾਨ ਮਾਲਕੋ ਅਰਜਨ ਖੜਗੇ ਵੱਲੋਂ ਜਿਹੜੀ ਆ ਹਰੀ ਝੰਡੀ ਦਿੱਤੀ ਗਈ ਆ ਤਾਂ ਜਿਵੇਂ ਹੀ ਉਸ ਉਹਨਾਂ ਵੱਲੋਂ ਇਸ ਅਹਿਮ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਤਾਂ ਕਾਂਗਰਸ ਨੂੰ ਇਸ ਦੀ ਸ਼ੁਰੂਆਤ ਦੌਰਾਨ ਹੀ ਵੱਡਾ ਝੜਕਾ ਲੱਗਿਆ ਤੇ ਮਿਲਨ ਦਰੌੜਾ ਨੇ ਕਾਂਗਰਸ ਪਾਰਟੀ ਤੋਂ ਕਿਨਾਰਾ ਕਰਦੇ ਹੋਏ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਤਾਂ ਨਾ ਕਿਹੜੀ ਪਾਰਟੀ ਚ ਜਾਣਗੇ ਇਸ ਬਾਰੇ ਵੀ ਉਹ ਜਲਦ ਸਾਰਾ ਕੁਝ ਸਾਫ਼ ਕਰਨਗੇ ਤੇ ਵੱਡਾ ਜਿਹੜਾ ਰਾਜਨੀਤਿਕ ਦਾਅ ਖੇੜਦੇ ਹੋਏ ਨਜ਼ਰ ਆ ਰਹੇ ਨੇ ਮਹਾਰਾਸ਼ਟਰ ਤੋਂ ਮਿਲਿੰਦ ਦਿਓੜਾ ਹੋਰ ਜਾਣਕਾਰੀ ਲਈ ਜੁੜੇ ਰਹੋ ਰੁਝਾਨ ਆਲੋਕਾ ਟੀਵੀ ਨਾਲ